ਬੈਂਸ ਸਿੰਘ ਕਤਲਕਾਂਡ ਦੇ ਵਿੱਚ ਲੰਬਾ ਸਮਾਂ ਸਜ਼ਾ ਭੁਗਤਣ ਤੋਂ ਬਾਅਦ ਗੁਰਮੀਤ ਸਿੰਘ ਇੰਜੀਨੀਅਰ ਹੋਣੀ ਬਾਹਰ ਆਏ ਨੇ, ਬੁੜੈਲ ਜੇਲ੍ਹ ਦੇ ਵਿੱਚੋਂ ਰਿਹਾਈ ਹੋਈ ਹੈ, ਰੈਗੂਲਰ ਜ਼ਮਾਨਤ ਤੇ ਬਾਹਰ ਆਏ ਨੇ। ਗੁਰਮੀਤ ਸਿੰਘ ਜੀ, ਆਖਿਰਕਾਰ ਤੁਹਾਡੀ ਰੈਗੂਲਰ ਜ਼ਮਾਨਤ ਹੋਈ ਹੈ, ਅੱਜ 27 ਸਾਲ ਤੋਂ ਵੱਧ ਦਾ ਸਮਾਂ ਬਿਤਾਉਣ ਤੋਂ ਬਾਅਦ ਜੇਲ੍ਹ ਦੇ ਅੰਦਰ ਅੱਜ ਬਾਹਰ ਆਏ ਹੋ, ਕੀ ਕੁਝ ਜ਼ਹਿਨ ਦੇ ਵਿੱਚ ਇਸ ਵੇਲੇ ਚੱਲ ਰਿਹਾ? ਕੋਈ ਨੀ, ਫੇਰ ਕਦੇ ਆਇਓ, ਮਿਲਾਂਗੇ, ਘਰੇ ਗੱਲ ਕਰਾਂਗੇ, ਹਨਾ। ਫਿਲਹਾਲ ਤਾਂ ਇੱਦਾਂ ਵੀ ਚਲੋ ਛੇਤੀ ਤੋਂ ਛੇਤੀ ਘਰੇ ਜਾਈਏ, ਹਨਾ। ਅੱਛਾ, ਮਾਤਾ ਜੀ ਸਾਹਮਣੇ ਖੜੇ ਸੀ ਜਦੋਂ ਬਾਹਰ ਆ ਕੇ ਆਪਣੀ ਮਾਂ ਦਾ ਚਿਹਰਾ ਵੇਖਿਆ, ਜਦੋਂ ਤੁਸੀਂ ਅੰਦਰ ਗਏ ਸੀ, ਇੱਕ ਅਰਸਾ ਬੀਤ ਗਿਆ, ਹਾਲਾਂਕਿ ਉਸ ਤੋਂ ਬਾਅਦ ਵੀ ਮਾਤਾ ਦੇ ਨਾਲ ਮੁਲਾਕਾਤ ਹੋਈ, ਪਰ ਉਸ ਵੇਲੇ ਜਿਹੜੀ ਮਾਤਾ ਨੂੰ ਛੱਡ ਕੇ ਗਏ ਸੀ, ਅੱਜ ਉਹ ਮਾਤਾ ਬਿਰਧ ਵੀ ਹੋ ਗਏ ਨੇ, ਉਸ ਮਾਤਾ ਦੇ ਚਿਹਰੇ ਨੂੰ ਵੇਖ ਕੇ ਜ਼ਹਿਨ ਦੇ ਵਿੱਚ ਕੀ ਕੁਝ ਆਇਆ? ਕੁਛ ਚੰਗਾ ਲੱਗਦਾ ਵੀ ਅੱਜ ਚਲੋ ਮਹਾਰਾਜ ਨੇ ਸਾਡੀਆਂ ਜਿਹੜੀ ਅਸੀਂ ਸੰਜਮ ਰੱਖਿਆ, ਉਹਨਾਂ ਨੇ ਅਰਦਾਸ ਬੇਨਤੀ ਕੀਤੀ, ਅੱਜ ਉਹਨਾਂ ਨੂੰ ਰੰਗ ਲੱਗਿਆ, ਮਹਾਰਾਜ ਨੇ ਕਿਰਪਾ ਕੀਤੀ ਹੈ, ਧੰਨਵਾਦ ਹੈ ਸਰ। ਅੱਛਾ, ਤੁਹਾਡੇ ਕੇਸ ਦੇ ਵਿੱਚ ਬਾਕੀ ਹੋਰ ਵੀ ਸਾਥੀ ਜਿਹੜੇ ਨੇ ਇਸ ਜੇਲ੍ਹ ਦੇ ਵਿੱਚ, ਹੋਰ ਵੀ ਸਾਥੀ ਬੰਦ ਨੇ, ਕਿਹੜੇ ਕਿਹੜੇ ਅੰਦਰ ਬੰਦ ਨੇ, ਆਉਣ ਲੱਗਿਆ ਗੱਲਬਾਤ ਹੋਈ? ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਜਗਤਾਰ ਸਿੰਘ ਤਾਰਾ ਅੰਦਰ ਬੰਦ ਨੇ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ ਸਾਰੀ ਪੰਥ ਨੂੰ, ਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗੁਰਮੀਤ ਸਿੰਘ ਇੰਜੀਨੀਅਰ ਕਹਿੰਦੇ ਨੇ ਕਿ ਬੇਸ਼ੱਕ ਲੰਬਾ ਸਮਾਂ ਅੰਦਰ ਬਿਤਾਇਆ, ਪਰ ਹੁਣ ਬਾਹਰ ਆ ਕੇ ਰਾਹਤ ਮਹਿਸੂਸ ਜਿਹੜੀ ਹੈ ਉਹ ਜ਼ਰੂਰ ਕਰ ਰਹੇ ਹਾਂ। ਹਾਲਾਂਕਿ ਜ਼ਿਆਦਾ ਗੱਲਾਂ ਬਾਤਾਂ ਹਾਲੇ ਨਹੀਂ ਕਰ ਰਹੇ, ਕਹਿੰਦੇ ਨੇ ਕਿ ਅੱਗੇ ਜਾ ਕੇ ਦਿਲ ਦੀਆਂ ਗੱਲਾਂ ਕਰਾਂਗਾ, ਜੋ ਕੁਝ ਅੰਦਰ ਜਿਸ ਤਰ੍ਹਾਂ ਸਮਾਂ ਕੱਟਿਆ ਗੱਲਾਂ ਬਾਤਾਂ ਕਰਨਗੇ। ਪਰ ਹਾਲ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਗੁਰਮੀਤ ਸਿੰਘ ਇੰਜੀਨੀਅਰ ਬੈਂਸ ਸਿੰਘ ਕਤਲਕਾਂਡ ਦੇ ਵਿੱਚ 27 ਸਾਲ ਤੋਂ ਬਾਅਦ ਸਮਾਂ ਜੇਲ੍ਹ ਦੇ ਅੰਦਰ ਕੱਟਣ ਤੋਂ ਬਾਅਦ ਅੱਜ ਰੈਗੂਲਰ ਜ਼ਮਾਨਤ 'ਤੇ ਬਾਹਰ ਆਏ ਨੇ। ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਚੰਡੀਗੜ੍ਹ।